ਓਸ਼ੋ ਤਿੱਬਤੀ ਲਾਮਾ ਹਿੰਦੁਸਤਾਨ ਆਉਂਦਾ ਹੈ ਇੱਥੇ ਵੀ ਨਹੀਂ ਨਹਾਉਂਦਾ ਮੈਂ ਤਿੱਬਤੀ ਲਾਮਿਆਂ ਦੇ ਕੋਲ ਬੋਧ ਗਿਆ ਚ ਠਹਿਰਿਆ ਸੀ ਉਹ ਇਨੀ ਬਦਬੋ ਮਾਰਦੇ ਐ ਕਿ ਬੜੀ ਕਬਰਾਰਤ ਹੁੰਦੀ ਐ ਮੈਂ ਉਹਨਾਂ ਨੂੰ ਪੁੱਛਿਆ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਇੱਕੋ ਵਾਰੀ ਨਹਾਉਣ ਦਾ ਨਿਯਮ ਐ ਮੈਂ ਹੀ ਕਹਿਣਾ ਕਿ ਕੀ ਅੰਧਵਿਸ਼ਵਾਸ ਐ ਕੀ ਵਿਗਿਆਨ ਐ ਤਿੱਬਤ ਵਿੱਚ ਵਿਗਿਆਨ ਹੈ ਇੱਥੇ ਅੰਧਵਿਸ਼ਵਾਸ ਐ ਹੁਣ ਉਹ ਇੱਥੇ ਬਦਬੋਹ ਛੱਡ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਤਾਂ ਇੰਨਾ ਪਸੀਨਾ ਆ ਰਿਹਾ ਹੈ, ਇੰਨੀ ਧੂੜ ਆ ਰਹੀ ਹੈ। ਸਾਨੂੰ خیال ਹੀ ਨਹੀਂ ਹੁੰਦਾ ਕਿ ਕੁਝ ਮੁਲਕ ਹਨ ਜਿੱਥੇ ਧੂੜ ਹੁੰਦੀ ਹੀ ਨਹੀਂ। ਖੁਰਸ਼ਚੇਵ ਜਦ ਪਹਿਲੀ ਵਾਰ ਹਿੰਦੁਸਤਾਨ ਆਇਆ, ਜਦ ਆਗਰਾ ਤਾਜਮਹਿਲ ਵੇਖਣ ਗਿਆ ਤਾਂ ਸੜਕ ਦੇ ਵਿਚਾਲੇ ਕਾਰ ਰੁਕਵਾ ਲਈ ਉਹਨੇ। ਕਿਉਂਕਿ ਜ਼ੋਰ ਨਾਲ ਵਾਅਬ ਰੋਲਾ ਉੱਠ ਰਿਹਾ ਸੀ ਧੂੜ ਦਾ ਤੇ ਉਹ heਠਾ ਉਤਰ ਕੇ ਧੂੜ 'ਚ ਖੜਾ ਹੋ ਗਿਆ। ਉਹਨੇ ਕਿਹਾ ਧੰਨ ਭਾਗ ਮੇਰੇ, ਮੈਂ ਅਜਿਹਾ ਅਨੁਭਵ ਕਦੇ ਵੀ ਨਹੀਂ ਕੀਤਾ। ਹੁਣ ਧੂੜ 'ਚ ਅਸੀਂ ਅਜੇ ਕਦੇ ਅਨੁਭਵ ਨਹੀਂ ਕਰਾਂਗੇ ਕਿ ਧੰਨ ਹਨ ਮੇਰੀ ਭਾਗ ਪਰ ਜਿੱਥੋਂ ਉਹ ਆਉਂਦਾ ਉੱਥੇ ਬਰਫ਼ ਜੰਮੀ ਹੁੰਦੀ ਹੈ ਉੱਥੇ ਧੂੜ ਨਹੀਂ ਹੁੰਦੀ ਉਹਦੇ ਲਈ ਇਹ ਬੜਾ ਅਨੋਖਾ ਅਨੁਭਵ ਹੈ ਤੇ ਸਾਨੂੰ ਜਿਵੇਂ ਬਰਫ਼ 'ਚ ਹੋ ਜਾਂਦਾ ਹੈ ਜਦ ਅਸੀਂ ਹਿਮਾਲਿਆ ਤੇ ਜਾਂਦੇ ਹਾਂ ਤਾਂ ਬਰਫ਼ 'ਤੇ ਚੱਲਣ 'ਚ ਕਿੰਨਾ ਅਨੋਖਾ ਆਨੰਦ ਆਉਂਦਾ ਹੈ ਤਾਂ ਯੁੱਗ ਹਨ ਹਾਲਾਤ ਹਨ ਲੋੜਾਂ ਹਨ ਇਹਨਾਂ ਸਭ ਦੀ ਖੋਜ-ਬੀਨ ਕੀਤੇ ਬਿਨਾ ਕਿਸੇ ਚੀਜ਼ ਨੂੰ ਜੰਜੀਰ ਮੰਨ ਕੇ ਤੋੜਨ ਤੇ ਨਾ ਲੱਗ ਜਾਣਾ ਤੇ ਵਿਗਿਆਨਕ ਬੁੱਧੀ ਮੈਂ ਉਹਨੂੰ ਕਹਿੰਨਾ ਜੋ ਹਮੇਸ਼ਾ ਹੈਜ਼ਿਟੇਟ ਕਰਦਾ ਹੈ ਵਿਗਿਆਨਕ ਬੁੱਧੀ ਦਾ ਆਦਮੀ ਬਹੁਤ ਛੇਤੀ ਫੈਸਲਾ ਨਹੀਂ ਲੈਂਦਾ ਕਿ ਇਹ ਗਲਤ ਹੈ ਸਹੀ ਹੈ ਇੰਨੀ ਛੇਤੀ ਫੈਸਲਾ ਨਹੀਂ ਲੈਂਦਾ ਉਹ ਹਮੇਸ਼ਾ ਕਹਿੰਦਾ ਹੈ ਸ਼ਾਇਦ ਇਹ ਸਹੀ ਵੀ ਹੋਵੇ ਮੈਂ ਹੋਰ ਖੋਜਾਂ ਮੈਂ ਹੋਰ ਖੋਜਾਂ ਮੈਂ ਹੋਰ ਖੋਜਾਂ ਧੰਨਵਾਦ